ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਜਾਣਾਂਗੇ ਖਾਲਸਾ ਰਾਜ ਦੇ ਸਮੇਂ ਦੇ ਇੱਕ ਬਹੁਤ ਹੀ ਸ਼ਕਤੀਸ਼ਾਲੀ ਜਰਨੈਲ ਸਰਦਾਰ ਸ਼ਾਮ ਸਿੰਘ ਟਾਰੀਵਾਲਿਆਂ ਦੀ ਜੀਵਨੀ ਬਾਰੇ ਕਿਵੇਂ ਅਤੇ ਕਿਹੜੀ-ਕਿਹੜੀ ਜੰਗ ਵਿੱਚ ਸਰਦਾਰ ਸ਼ਾਮ ਸਿੰਘ ਟਾਰੀਵਾਲਿਆਂ ਨੇ ਆਪਣੇ ਜੋਰ ਦਿਖਾਏ ਅਤੇ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਹੱਥ 'ਚ ਕ੍ਰਪਾਨ ਕਿਉਂ ਨਹੀਂ ਸੀ ਛੁੱਟ ਰਹੀ ਇਹ ਸਾਰੇ ਬਾਰੇ ਅੱਜ ਅਸੀਂ ਵਿਸਥਾਰ ਨਾਲ ਜਾਣਾਂਗੇ ਸੋ ਸੰਗਤ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਨਵੀ ਕਿਛਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੰਗਤ ਜੀ ਜਿਵੇਂ ਕਿ ਆਪਾਂ ਜਾਣਦੇ ਹਾਂ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਦਾ ਪਿੰਡ ạtਾਰੀ ਸੀ ਜੋ ਕਿ ਇੱਕ ਪੁਰਾਣੇ ਥੇਹ ਦੇ ਵਸਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿਭਰਾਵਾਂ ਦੀ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ạtਾਰੀ ਵਾਲਿਆਂ ਨੇ ਬੇਮਿਸਾਲ ਬਹਾਦਰੀ ਦਿਖਾਈ। ਸਰਦਾਰ ਸ਼ਾਮ ਸਿੰਘ ạtਾਰੀ ਵਾਲਿਆਂ ਦੇ ਪਿਤਾ ਨਿਹਾਲ ਸਿੰਘ ਜੀ ਨੇ ਉਹਨਾਂ ਨੂੰ ਚੰਗੀ ਘੋੜਸਵਾਰੀ, ਤਲਵਾਰਬਾਜ਼ੀ ਅਤੇ ਤੀਰ ਅੰਦਾਜ਼ੀ ਸਿਖਾਈ। ਸਨ 1818 ਵਿੱਚ ਸਰਦਾਰ ਸ਼ਾਮ ਸਿੰਘ ạtਾਰੀ ਵਾਲਿਆਂ ਦੇ ਪਿਤਾ ਦੀ ਮੌਤ ਤੋਂ ਬਾਅਦ ਮੁਲਤਾਨ ਦੀ ਜੰਗ ਵਿੱਚ ਸਰਦਾਰ ਸ਼ਾਮ ਸਿੰਘ ạtਾਰੀ ਵਾਲਿਆਂ ਨੇ ਬਹੁਤ ਬਹਾਦਰੀ ਨਾਲ ਜੰਗ ਲੜੀ ਅਤੇ ਦੋਸੁਨਾ ਦੇ ਦੰਦ ਖੱਟੇ ਕੀਤੇ ਇਸ ਜੰਗ ਵਿੱਚ ਭੰਗੀਆਂ ਦੀ ਤੋਪ ਜਿਸ ਵਿੱਚ ਇੱਕ ਮਾਨ ਪੱਕੇ ਦਾ ਗੋਲਾ ਬਰੂਦ ਪੈਂਦਾ ਸੀ ਉਹ ਅੰਮ੍ਰਿਤਸਰ ਤੋਂ ਮੁਲਤਾਨ ਭੇਜੀ ਗਈ ਪਰੰਤੂ ਲੜਾਈ ਦੌਰਾਨ ਤੋਪ ਦਾ ਇੱਕ ਪਹੀਆ ਟੁੱਟ ਗਿਆ ਸਿੰਘਾਂ ਨੇ ਟੁੱਟੀ ਤੋਪ ਦੇ ਪਹੀਏ ਦੀ ਜਗ੍ਹਾ ਆਪਣਾ ਮੋਢਾ ਲਗਾ ਕੇ ਤੋਪ ਚਲਾਉਣੀ ਸ਼ੁਰੂ ਕਰ ਦਿੱਤੀ ਇਹ ਸਭ ਵੇਖ ਕੇ ਦੁਸ਼ਮਣ ਹੈਰਾਨ ਹੋ ਰਿਹਾ ਸੀ ਪੰਗਿਆਂ ਦੀ ਤੋਪ ਨਾਲ ਇਸ ਜੰਗ ਵਿੱਚ ਸਿੰਘਾਂ ਨੇ ਦੁਸ਼ਮਣਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ ਸਿੰਘ ਵਾਰੀ-ਵਾਰੀ ਤੋਪ ਦੇ ਪਹੀਏ ਦੀ ਜਗ੍ਹਾ ਆਪਣਾ ਮੋਢਾ ਲਗਾ ਰਹੇ ਸੀ ਅਤੇ ਸ਼ਹੀਦیاں ਪਾ ਰਹੇ ਸੀ ਅਖੀਰ ਮੁਲਤਾਨ ਦੇ ਕਿਲੇ ਦੀ ਦੀਵਾਰ ਟੁੱਟ ਗਈ ਅਤੇ ਬਾਬਾ ਅਕਾਲੀ ਫੂਲਾ ਸਿੰਘ ਦੀ ਫੌਜ ਕਿਲੇ ਵਿੱਚ ਜਾ ਵੜੀ ਅਤੇ ਸਿੰਘਾਂ ਦੀ ਜਿੱਤ ਯਕੀਨ ਵਿੱਚ ਬਦਲ ਗਈ ਇਸ ਜੰਗ ਵਿੱਚ ਨਵਾਬ ਮੁਜ਼ੱਫਰਬਾਦ ਨੇ ਦੋ ਪੁੱਤਰਾਂ ਸਮੇਤ ਮਾਰਿਆ ਗਿਆ ਅਤੇ ਸਰਦਾਰ ਸ਼ਾਮ ਸਿੰਘ اٹਾਰੀ ਵਾਲਿਆਂ ਦੇ ਮੋਢੇ ਤੇ ਬਹੁਤ ਭਾਰੀ ਫਟ ਲੱਗਾ ਸਰਦਾਰ ਸ਼ਾਮ ਸਿੰਘ اٹਾਰੀ ਵਾਲਿਆਂ ਦੀ ਬਹਾਦਰੀ ਦੇਖ ਕੇ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਹੁਤ ਖੁਸ਼ ਹੋਏ ਸਨ 1837 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਦੇ ਪੁੱਤਰ ਨੌਨਿਹਾਲ ਸਿੰਘ ਨਾਲ ਸਰਦਾਰ ਸ਼ਾਮ ਸਿੰਘ اٹਾਰੀ ਵਾਲਿਆਂ ਦੀ ਲੜਕੀ ਨਾਨਕੀ ਦਾ ਆਨੰਦ ਕਾਰਜ ਬਹੁਤ ਸ਼ਾਨੋ ਸ਼ੌਕਤ ਨਾਲ ਹੋਇਆ ਇਸ ਨਾਲ ਸਰਦਾਰ ਸ਼ਾਮ ਸਿੰਘ اٹਾਰੀ ਵਾਲੇ ਦਾ ਮਾਨ ਸਤਕਾਰ ਰਾਜ ਦਰਬਾਰ ਵਿੱਚ ਹੋਰ ਵੀ ਵਧ ਗਿਆ ਇਤਿਹਾਸਕਾਰ ਲਿਖਦੇ ਹਨ ਕਿ 10 ਫਰਵਰੀ 1846 ਈਸਵੀ ਨੂੰ ਸਭਰਾਵਾਂ ਦੀ ਲੜਾਈ ਵਿੱਚ ਸਿੱਖ ਕੌਮ ਦੇ ਗਦਾਰਾਂ ਗੁਲਾਬ ਸਿੰਘ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਸਾਜ਼ਿਸ਼ਾਂ ਰਚ ਕੇ ਪੰਜਾਬ ਨੂੰ ਅੰਗਰੇਜ਼ਾਂ ਦਾ ਗੁਲਾਮ ਬਣਾ ਦਿੱਤਾ ਅਤੇ ਅੰਗਰੇਜ਼ੀ ਰਾਜ ਦਾ ਹਿੱਸਾ ਬਣਾ ਦਿੱਤਾ। ਮਹਾਰਾਣੀ ਜਿੰਦਕੌਰ ਨੇ ਸਰਦਾਰ ਸ਼ਾਮ ਸਿੰਘ ਟਾਰੀਵਾਲੇ ਨੂੰ ਸਿੱਖ ਕੌਮ ਦੀ ਕਮਾਂਡ ਸੰਭਾਲਣ ਲਈ ਕਿਹਾ। ਸਰਦਾਰ ਸ਼ਾਮ ਸਿੰਘ ਟਾਰੀਵਾਲੇ ਚਿੱਟੀ ਘੋੜੀ ਤੇ ਚਿੱਟੀ ਲਿਸ਼ਕਰੀ ਤਲਵਾਰ ਲੈ ਕੇ ਜੰਗ ਵਿੱਚ ਜਾਣ ਨਿਤਰੇ ਅਤੇ ਸਿੱਖ ਫੌਜ ਦੀ ਅਗਵਾਈ ਕਰਦੇ ਹੋਏ ਵੈਰੀਆਂ ਉੱਤੇ ਜਾ ਡੁੱਟੇ। ਇਸ ਜੰਗ ਬਾਰੇ ਸ਼ਾਮ ਮੁਹੰਮਦ ਨੇ ਸਰਦਾਰ ਸ਼ਾਮ ਸਿੰਘ ਟਾਰੀਵਾਲੇ ਬਾਰੇ ਇਸ ਤਰ੍ਹਾਂ ਕੁਝ ਲਾਈਨਾਂ ਲਿਖੀਆਂ ਹਨ ਸ਼ਾਮ ਸਿੰਘ ਸਰਦਾਰ اٹਾਰੀ ਵਾਲੇ ਬਨ ਸ਼ਸਤਰੀ ਜੋੜ ਵਿਸ਼ੂੜ ਸਿੱਟੇ ਸ਼ਾਮ ਮੁਹੰਮਦਾਂ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸਿੱਟੇ ਇਸ ਜੰਗ ਵਿੱਚ ਸਰਦਾਰ ਸ਼ਾਮ ਸਿੰਘ اٹਾਰੀ ਵਾਲੇ ਸੱਤ ਗੋਲੀਆਂ ਵੱਜਨ ਤੇ ਸ਼ਹੀਦ ਹੋ ਗਏ ਉਸ ਸਮੇਂ ਦੀ ਅੰਗਰੇਜ਼ੀ ਫੌਜ ਦਾ ਸੈਨਾਪਤੀ ਲਾਰਡ ਗਾਫ ਲਿਖਦਾ ਹੈ ਕਿ ਸਿੱਖਾਂ ਦਾ ਕੱਲਾ ਕੱਲਾ ਆਦਮੀ ਇੱਕ ਤੋਪ ਸੀ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਹਰਾਉਣਾ ਉਹਨਾਂ ਦੇ ਵਸਤੀ ਗੱਲ ਨਹੀਂ ਸੀ ਕਿ ਜੇਕਰ ਸਿੱਖਾਂ ਦੇ ਆਗੂ ਗद्दार ਜਾਂ ਧੋਖੇਬਾਜ਼ ਨਾ ਹੁੰਦੇ ਇਸ ਵਿਸ਼ੇ ਤੇ ਸ਼ਾ ਮੁਹੰਮਦ ਲਿਖਦੇ ਹਨ ਕਿ ਜੰਗ ਪੰਜਾਬ ਹਿੰਦ ਦਾ ਹੋਣ ਲੱਗਾ ਦੋਵੇਂ ਬਾਦਸ਼ਾਹੀ ਫੌਜਾਂ ਪਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸਣੇ ਆਦਮੀ ਗੋਲੀਆਂ ਨਾਲ ਉਡਣ ਹਾਥੀ ਡਿੱਗਦੇ ਸਣੇ ਅੰਬਾਰੀਆਂ ਨੇ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੱਜ ਹਾਰੀਆਂ ਨੇ ਫੌਜਾਂ ਜਿੱਤ ਕੇ ਅੱਜ ਹਾਰੀਆਂ ਨੇ ਸਿੱਖੀ ਦੀ ਝਾਂ ਨੂੰ ਬਹਾਰ ਰੱਖਣ ਲਈ ਬਿਰਧ ਅਵਸਥਾ ਵਿੱਚ ਵੀ ਰਣ ਭੂਮੀ ਵਿੱਚ ਜਾ ਕੁੱਦਣ ਵਾਲੇ ਸਰਦਾਰ ਸ਼ਾਮ ਸਿੰਘ ਟਾਰੀਵਾਲਿਆਂ ਦਾ ਨਾਮ ਸੇਕ ਇਤਿਹਾਸ ਵਿੱਚ ਹਮੇਸ਼ਾ ਚਮਕਦਾ ਰਹੇਗਾ ਸੰਗਤ ਜੀ ਇਤਿਹਾਸਕਾਰ ਦੱਸਦੇ ਹਨ ਕਿ ਜਦੋਂ ਸ਼ਾਮ ਸਿੰਘ ạtਾਰੀ ਵਾਲਿਆਂ ਦੀ شہادت ਹੋਈ ਉਹ ਇੰਨੀ ਬੀਰਤਾ ਨਾਲ ਇੰਨੇ ਜੋਸ਼ ਨਾਲ ਲੜ ਰਹੇ ਸਨ ਕਿ شہادت ਤੋਂ ਬਾਅਦ ਵੀ 2 ਘੰਟੇ ਤੱਕ ਉਹਨਾਂ ਦੇ ਹੱਥ 'ਚੋਂ ਕਿਰਪਾਨ ਨਹੀਂ ਸੀ ਨਿਕਲ ਰਹੀ ਵਾਹਿਗੁਰੂ ਜੀ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਸੋ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ